ਮਾਤਾ ਜੀ ਇੱਕ ਵਾਰੀ ਤਾੜੀਆਂ ਮਾਰ ਕੇ ਸਵਾਗਤ ਕਰੀਏ ਉਸ ਫਨਕਾਰ ਦਾ, ਉਸ ਕਲਾਕਾਰ ਦਾ ਨਾਮ ਵਿੱਕੀ ਕਰਮਾ ਜੀ।
पहला जिन्या भी उत्थे साड़ियां भैणा बैठिया मातावां बैठिया बजुर्ग बैठे है साडे साईं लोग बैठे है आप सब दे चरणां च मेरे वल्लों कोट कोट प्रणाम भाई सो दूजी गल ही कोई नहीं उस खसम दे नौं दा कमल कुट्टन आया है ते आया भी खास करके बठिंडे तों है मठी मठी ताड़ी रखनी है नाल आजा सारे नू एक गल पता
भाई जेडे मेले ये तुर जाने तो बाद ही लगते हैं, ये मुड़ के कमेटी वाले गल् होंदिया है कि कमला जहा बुलाया सी गा गया स्वाद कदू का नहीं आया। इस करके भाई हुणे दस दिओ मट्टी मट्टी ताली रख्या करो, वह भी बारे गल कर रहा सी, वह भी कहड़े सी उही बाबे नानक वाले भी की कहता सी करो। यह मैनू ए क्यों महसूस होंगे कि मैं बाबे सरसे वाले के सत्संग च गा रहा है। मट्ठी मट्ठी ताड़ी रख्या करो वीरो, की गल है एक गल, ये ताड़ी मारनी है तो पंजाब पुलिस के पटे वाली मारनी है बाबा, ये गुजी जी ताड़ी नहीं चाहिए। आओ जी बाबा जी लिखता कि बसों बार हो गई, एक गल बसों बार होई कि भाई मेरे अरगा बन के खप्पा जा साफा लैके काली जी लोई, ये बेबे पखंडा वाली गल हो गई, ये बसों बार वाली नहीं। ये जिन्हों की वाकई बसों बार हुई सी वो जड़िया सच्चिया रूह है वह वाहेगुरु के अगे की फरियाद कर दियाँ, की कहदियाँ रूह नाल नाल गाउणा बाबा की कहदियाँ, मेरी मंगनी हो गई नी सखी ओ तू सत बखेरे, मेरी मंगनी हो गई नी।
भाई कह की लड़ ना पवे ताड़ी बारे आ भाई चाहते रहो साढ़े भाई जेडे मोस्ट अज्ते वी आई पी मेरा वीर अवतार सिंह जी बबलू उन्होंने नाम दिया जोरदार ताड़िया मारो भाई उन्होंने संयोग के नाल उन्हों का मेन संयोग जोड़ा ये थोड़िया दवावान है थोड़िया दवाव कीतिया है तो मेरा वीर बहर गया ये थोड़िया जी दवाव होर हो तो भाई मेरा पक्का भी होजू अगली यार फिर नाल ही गावे कट्ठे नचा भी जोरदार ताड़िया ला दो उन्होंने नौ दिया आओ भाई कलामा की लड़ी हौली हौली शुरू करते हैं साढ़े दुआबे वाले जाते रहो बाबा ये ताड़ी तुड़ी मारी रखा करो भाई फिर ही थोड़ी मूवी आनी है टीवी के नहीं तो मूवी नहीं बनाते सुनना सरदारा जाऊंदा रे की कहता है हाँ इश्क तेरे बिच जोगन होई ओ दुनिया दी बरबाना होई Yeah.
ਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਜੀ। ਜਨਾਬ ਵਿੱਕੀ ਕਨਵਰ ਜੀ ਬਹੁਤ ਸਾਰਾ ਆਸ਼ੀਰਵਾਦ ਜੀ ਸੜੀਆਂ ਸੱਚੀਆਂ ਸਰਕਾਰਾਂ ਵੱਲੋਂ, ਬਜ਼ੁਰਗ ਸਾਹਿਬਾਨਾਂ ਵੱਲੋਂ, ਮਾਣਯੋਗ ਪਿਤਾ ਜੀ ਹੋਰਾਂ ਵੱਲੋਂ ਬਹੁਤ ਸਾਰਾ ਮਾਣ ਅਤੇ ਨਾਲ ਦੀ ਨਾਲ ਹੀ ਬਹੁਤ ਸਾਰਾ ਸਤਿਕਾਰ, ਬਹੁਤ ਸਾਰਾ ਆਸ਼ੀਰਵਾਦ ਸਾਡੀਆਂ ਸਤਿਕਾਰਯੋਗ ਭੈਣਾਂ ਵੱਲੋਂ, ਮਾਤਾਵਾਂ ਵੱਲੋਂ। ਸੋ ਬਹੁਤ ਬਹੁਤ ਥੈਂਕਸ ਜੀ, ਬਹੁਤ ਬਹੁਤ ਸ਼ੁਕਰੀਆ ਜਿਹਨਾਂ ਵੀਰਾਂ ਨੇ ਮਾਣ ਕੀਤਾ। ਸਕੂਲ ਮਿਲਦਾ ਕੀ ਹੈ, ਉਹਨਾਂ ਦੇਰ ਬਾਬਾ ਯਕੀਨ ਜਾਂ ਨਹੀਂ ਹੁੰਦਾ ਉਹੀ ਹੈ ਕਿ ਨਕਲੀ ਆ ਗਿਆ। ਰੋਮ ਰੋਮ ਵਿੱਚ ਵਾਸ ਸੱਜਣ ਦਾ ਤੁਹਾਡਾ ਅੰਦਰ ਵਾਸ ਸੱਜਣ ਦਾ ਦੁਨੀਆ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਉਹ ਮਸਤੀ ਮੈਂ ਫਿਰਦੀ ਆ ਮੇਰਾ ਤੁਣਕਾ ਯਾਰ ਵਜਾਵੇ ਉਹ ਮਸਤੀ ਮੈਂ ਫਿਰਦੀ ਮਸਤੀ ਮੈਂ ਫਿਰਦੀ ਤੇ ਕਹਿੰਦੀ ਮੱਠੀ ਮੱਠੀ ਤਾੜੀ
ਕੇ ਮਸਤਾਂ ਦੇ ਭਾਣੇ ਨੀ ਤੇਰੇ ਬਦਨ ਦੇਣਗੇ ਮਾਰੇ ਨੀ ਤੇਰੇ ਪੁਰਾਣੇ ਵੇਲੇ ਦੀਆਂ ਬੀਬੀਆਂ ਸੀ ਉਹ ਗੀਤ ਗਾਉਂਦੀਆਂ ਸੀ। ਇੱਕ ਕਿਹੜਾ ਗੀਤ ਸੀ ਉਹ? ਬੇਬੇ ਕਿਹੜੀ ਬੈਠੀ ਆ ਮਾਵਾ? ਪੁਰਾਣੀ ਪੁਰਾਣੀਆਂ ਮਾਵਾ ਬੈਠੀਆਂ ਬੇਬੇ ਮੂਹਰੇ ਬੈਠੀਆਂ। ਯਾਦ ਹੈ ਗੀਤ ਕੋਈ ਜਿਹੜਾ ਵਿਆਹਾਂ ਵੇਲੇ ਗਾਉਂਦੀ ਸੀ? ਯਾਦ ਹੈ ਕਿ ਕਰਾਵਾਂ ਯਾਦ? ਕਿਹੜਾ ਗੀਤ ਗਾਉਂਦੀਆਂ ਸੀ ਭੈਣਾਂ? ਸਾਰੀਆਂ ਆਓ ਇੱਧਰ। ਮਗਲੀਆਂ ਭੈਣਾਂ ਤਾੜੀ ਨਹੀਂ ਮਾਰਦੀਆਂ, ਕੀ ਗੱਲ? ਆ ਜਾਓ। ਜ਼ੋਰਦਾਰ ਤਾੜੀਆਂ ਮਾਰੋ ਭਾਈ। ਇਹ ਤਾੜੀ ਐਂ ਵੱਜਣੀ ਚਾਹੀਦੀ ਹੈ ਜਿਵੇਂ ਪੰਜਾਬ ਪੁਲਿਸ ਦਾ ਪੱਟਾ ਵੱਜਦਾ। ਇਹ ਮੱਠੀ ਤਾੜੀ ਨਾ ਮਾਰਿਆ ਕਰੋ। ਆ ਜਾ ਬੇਬੇ। ਸੋਰੀ ਬੇਬੇ, ਮਾਫ਼ ਕਰ ਦੇ ਪੁੱਤ ਨੂੰ, ਮਾਫ਼ ਕਰ ਦੇ, ਮੈਨੂੰ ਪਤਾ ਨਹੀਂ ਸੀ। ਆ ਜਾ, ਤੈਨੂੰ ਨਾਲ ਲੈ ਕੇ ਜਾਊਂ। ਆ ਜਾ ਆ ਜਾ ਆ ਜਾ ਇੱਥੇ ਆ ਜਾ। ਰੱਖ ਬਾਬਾ ਤੁੰਬਾ। ਸਰਦਾਰ ਜੀ ਆਓ, ਬੇਬੇ ਨਾਲ ਫੋਟੋ ਕਰਦੇ ਇੱਕ ਮੇਰੀ, ਫਿਰ ਪਤਾ ਨਹੀਂ ਮੇਲ ਹੋਣੇ ਆ ਕਿ ਨਹੀਂ। ਬੇਬੇ ਆ ਜਾ, ਆਪੋ ਤੋਂ ਹੀ ਪੈਸੇ ਇਕੱਠੇ ਕਰਕੇ ਬੇਬੇ ਨੂੰ ਦੇ ਦੇ। ਭਾਈ ਸਾਰੇ ਜੇ ਇਕੱਠੇ ਕਰਕੇ ਦੇ ਦੇ ਬੇਬੇ ਨੂੰ, ਦੇ ਦੇ। ਇਹ ਬੇਬੇ ਤੇਰੇ ਆ, ਲੈ ਜਾ, ਤੇਰੇ ਆ, ਲੈ ਜਾ। ਇਹ ਤੇਰੇ ਪੁੱਤ ਵੱਲੋਂ ਇੱਕ ਇਹ ਛੋਟਾ ਜਿਹਾ ਬਸ ਦਵਾ ਦੇ ਵਿੱਚ, ਯਾਦ ਰੱਖੀ ਪੁੱਤ ਨੂੰ। ਇਹ ਤੁੰਬਾ ਬੜਾ ਸ਼ਤਾਨ ਕੁੜੇ, ਇਹ ਤੁੰਬਾ ਮੇਰੀ ਜਾਨ ਕੁੜੇ, ਇਹ ਤੁੰਬਾ ਮੇਰੀ ਜਾਨ ਕੁੜੇ, ਸਤ
जा बिठा के आ बेबे अब मोटे दे नाल जा जा बिठा के जा ਕਰਿਆ ਕਰੋ ਜਾਂ ਸਾਰੇ ਮਾਰਿਆ ਕਰੋ ਜਾਂ ਕੋਈ ਨਾ ਮਾਰਿਆ ਕਰੋ ਇਹਦੇ ਨਾਲ ਮੈਨੂੰ ਕੁੱਤੇ ਝੱਗ ਜੀ ਰਹਿ ਜਾਂਦੀ ਹੈ ਇਧਰੋਂ ਵੱਜੂਗੀ ਉਹ ਵੱਜਦੀ ਨਹੀਂ ਫਿਰ ਜਾਂ ਸਾਰੇ ਮਾਰਿਆ ਕਰੋ ਜਾਂ ਕੋਈ ਨਾ ਮਾਰਿਆ ਕਰੋ ਆਓ ਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਜੀ ਜਨਾਬ ਵਿੱਕੀ ਕਨਵਰ ਜੀ ਔਰ ਸਾਡੀਆਂ ਸੱਚੀਆਂ ਸਰਕਾਰਾਂ ਸੋ ਉਹਨਾਂ ਦੇ ਚਰਨਾਂ ਨੂੰ ਕੋਟੀ ਕੋਟੀ ਪ੍ਰਣਾਮ ਜੀ ਸਾਡੇ ਸੰਗੀਤ ਪਰਿਵਾਰ ਦਾ ਨੂਰ ਮਹਿਲ ਤੋਂ ਬਾਬਾ ਗੁਲਾਮ ਮਸਕੀਨ ਜੀ ਪਹੁੰਚਿਆ ਜੀ ਉਹਨਾਂ ਨੂੰ ਜੀ ਆਇਆ ਸੋ ਇੱਕ ਵਾਰੀ ਫਿਰ ਸਾਰੇ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਉਂਕਿ ਬੜਾ ਅੱਛਾ ਅਰੇਂਜਮੈਂਟ ਕੀਤਾ ਹੋਇਆ ਸਾਡੇ ਪ੍ਰਬੰਧਕ ਵੀਰਾਂ ਨੇ ਬਹੁਤ ਹੀ ਸਾਰਾ ਆਸ਼ੀਰਵਾਦ ਜੀ ਸੱਚੀਆਂ ਸਰਕਾਰਾਂ ਵੱਲੋਂ ਬਜ਼ੁਰਗ ਸਾਹਿਬਾਨਾਂ ਵੱਲੋਂ ਸਾਡੀਆਂ ਮਾਤਾਵਾਂ ਵੱਲੋਂ ਭੈਣਾਂ ਵੱਲੋਂ ਛੋਟੇ ਬੱਚਿਆਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਵਾਰੀ ਸਾਰੀ ਸਾਧ ਸੰਗਤ ਹੈ ਜੀ ਕੀ ਹੁਕਮ ਹੈ ਜੀ ਹਾਂਜੀ ਥੈਂਕ ਯੂ ਸ਼ੁਕਰਗੁਜ਼ਾਰ ਹਾਂ ਜੀ ਧੰਨਵਾਦ ਕਰਾਂਗਾ ਬਹੁਤ ਪਿਆਰਾ ਜਿਹਾ ਮਾਹੌਲ ਬਣਾਇਆ ਮੇਰਾ ਵੀਰ ਵਿੱਕੀ ਕਨਵਰ ਜੀ ਕਿਆ ਹੀ ਬਾਤ ਹੈ ਬੇਬੇ ਕਹਿੰਦੀ ਇੱਕ ਵਾਰ ਭਰਮੇ ਜੀਆਂ ਤਾੜੀਆਂ ਲਓ ਬਾਈ ਲਈ ਬਹੁਤ ਅੱਛਾ ਕੱਚਿਆ ਉਸਤਾਦਾਂ ਦਾ ਔਰ ਦਰਬਾਰ ਬਾਬਾ ਹਜੂਰੀ ਸ਼ਾਹ ਜੀ ਦਾ ਪਾਵਨ ਦਰਬਾਰ ਸ਼ਹਿਰ ਨੂਰ ਮਹਿਲ ਤੋਂ ਸਾਡੀਆਂ ਸਰਕਾਰਾਂ ਗੁਲਾਮ ਮਸਕੀਨ ਜੀ ਨਿੱਘਾ ਜਿਹਾ ਸਵਾਗਤ ਹੈ ਉਹਨਾਂ ਦੇ ਨਾਲ ਮੇਰੇ ਵੀਰ ਕਾਲਾ ਜੀ ਜਿਨ੍ਹਾਂ ਦੇ ਨਾਲ ਜਿੰਨੇ ਵੀ ਮੇਰੇ ਬਾਈ ਸਾਰਿਆਂ ਦਾ ਮੈਂ ਧੰਨਵਾਦ ਕਰਿਆ ਥੈਂਕਸ ਕਰਿਆ ਅਤੇ ਨਾਲ ਦੀ ਨਾਲ ਰਮੀ ਰੰਧਾਵਾ ਉਹਨਾਂ ਦੇ ਮਿਸ ਜਿੰਦਿਆਂ ਨੂੰ ਬੇਨਤੀ ਕਰਾਂਗਾ ਪਲੀਜ਼ ਮੰਚ 'ਤੇ ਆ ਜਾਓ ਅਤੇ ਲਾਸਟ ਕਲਾਮ ਹੋਵੇਗਾ ਇਹਨਾਂ ਦਾ ਅਤੇ ਮਜੀਸ਼ੀਅਨ ਪਰਿਵਾਰ ਨੂੰ ਮੈਂ ਬੇਨਤੀ ਕਰਾਂਗਾ ਪਲੀਜ਼ ਮੰਚ 'ਤੇ ਆ ਜਾਓ ਅਤੇ ਆਓ ਫਿਰ ਲਾਸਟ ਕਲਾਮ ਦੇ ਨਾਲ ਮੇਰੇ ਵੀਰ ਵਿੱਕੀ ਜੀ ਸੋ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸਾਈਂ ਜੀ ਪਹੁੰਚੇ ਹੈ ਨੂਰ ਮਹਿਲ ਤੋਂ ਗੁਲਾਮ ਮਸਕੀਨ ਜੀ ਬਾਬਾ ਜੀ ਜ਼ੋਰਦਾਰ ਤਾੜੀ ਮਾਰੋ ਉਹਨਾਂ ਦੇ ਨਾਮ ਦੀ ਕਿਆ ਬਾਤ ਹੈ ਜੀ ਜ਼ੋਰਦਾਰ ਤਾੜੀ ਜ਼ੋਰਦਾਰ ਪਤਾ ਕਿੱਦਾਂ ਹੁੰਦੀ ਹੈ ਪੰਜਾਬ ਪੁਲਿਸ ਦੇ ਪਟੇ ਵਾਲੀ ਨਹੀਂ ਹੁਣ BSF ਵਾਲੀ ਮਾਰੋ ਏਦਾਂ ਇੱਥੇ ਚਾਹੀਦੀ ਹੈ ਆਓ ਗੀਤ ਛੱਲਾ ਗੀਤ ਛੱਲੇ ਦੀ ਫਰਮਾਇਸ਼ ਆਈ ਸੀ ਮੇਰੇ ਵੀਰਾਂ ਦੀ ਬਾਪੂ ਜੀ ਛੱਲਾ ਕਿੰਨੇ ਕਿੰਨੇ ਸੁਣਿਆ ਜ਼ੋਰਦਾਰ ਤਾੜੀ ਲਾ ਦਿਓ ਇੱਕ ਵਾਰੀ ਛੱਲਾ ਬੜੇ ਗਾਇਕਾਂ ਨੇ ਗਾਇਆ ਮੇਰੇ ਵੀਰਾਂ ਨੇ ਬਹੁਤ ਜਣਿਆਂ ਨੇ ਗਾਇਆ ਹੈ ਛੋਟੀ ਦੀ ਕੋਸ਼ਿਸ਼ ਹੈ ਭਾਈ ਛੱਲਾ ਗਾਉਣ ਦੀ ਕਰਾਂਗੇ ਉਸ ਤੋਂ ਪਹਿਲਾਂ ਆ ਪਿੱਛੇ ਜੇ ਮੇਰੇ ਵੀਰ ਖੜੇ ਹੈ ਬਹੁਤ ਸੋਹਣੇ ਲੱਗਦੇ ਬਾਬਾ ਤੁਸੀਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਸਿੰਗਰ ਬਹੁਤ ਚੱਲਦੇ ਹੈ ਉਹਨਾਂ ਦੇ ਵਿੱਚੋਂ ਮੇਰਾ ਵੀਰ ਹੈ ਇੱਕ ਨਿੰਜਾ ਬਹੁਤ ਅੱਛਾ ਗਾਉਂਦਾ ਉਹਦੀ ਥੋੜ੍ਹੀ ਜਿਹੀ ਝਲਕ ਦਿਖਾਉਣੇ ਆ ਤੁਹਾਨੂੰ ਕੀ ਕਹਿੰਦਾ ਰੋਈ ਨਾ ਜੇ ਯਾਦ ਮੇਰੀ ਆਈ ਵੇ ਇਹ ਗੱਲ ਭਾਈ ਉਧਰ ਦੀ ਹੈ ਇਹ ਦੂਜੇ ਪਾਸੇ ਨਾ ਲਾ ਕੇ ਬਹਿ ਜਾਓ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ
ਗਿਆ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ ਸੁਪਨਾ ਦੋਹਾਂ ਦਾ ਚੂਰੋ ਚੂਰ ਹੋ ਗਿਆ ਤੇਰੇ ਨਾਲ ਰਹੂ ਮੇਰੀ ਪਰਛਾਈ ਵੇ ਰੋਹੀਨਾ ਜੇ ਯਾਦ ਮੇਰੀ ਆਈ ਵੇ ਸਾਡੇ ਸਾਈਂ ਜੀ ਬੈਠੇ ਆ ਸਾਹਮਣੇ ਗੁਲਾਮ ਮਸਕੀਨ ਜੀ ਉਹਨਾਂ ਨੂੰ ਦੇਖ ਕੇ ਯਾਦ ਆ ਗਿਆ ਤੁਮੇ ਦਿਲ ਲਗੀ ਭੂਲ ਜਾਣੀ ਪੜੇਗੀ ਤੁਮੇ ਦਿਲ ਲਗੀ ਭੂਲ ਜਾਣੀ ਪੜੇਗੀ ਮਗਰ ਦਿਲ ਕਿਸੇ ਸੇ ਲਗਾ ਕਰ ਦੋ ਦੇਖੋ ਇਹ ਮੈਂ ਗੀਤ ਗਾਇਆ ਆ ਸਾਡਾ ਪ੍ਰੋਗਰਾਮ ਸੀ ਪਿੱਛੇ ਜੇ ਨਕੇਰੀਆਂ ਮੈਂ ਗੀਤ ਗਾਇਆ ਇੱਧਰ ਮੇਰੇ ਸਾਈਡ ਤੇ ਮੁੰਡੇ ਖੜੇ ਚੀਕਾਂ ਮਾਰਨ ਲੱਗ ਗਏ ਕੂਕਾਂ ਮਾਰਨ ਲੱਗ ਗਏ ਮੈਂ ਕਿਹਾ ਮੁੰਡਿਓ ਇਹ ਚੀਕਾਂ ਵਾਲੀ ਤਾਂ ਮੈਂ ਗੱਲ ਐਸੀ ਕੀਤੀ ਨੀ ਕੋਈ ਚੀਕਾਂ ਕਾਹਦੇ ਨਾਲ ਨਿਕਲ ਗਈਆਂ ਇਹ ਚੀਕਾਂ ਟੈਨਸ਼ਨ ਨਾ ਲਿਆ ਕਰੋ ਵਿਆਹ ਤੋਂ ਬਾਅਦ ਆਪੇ ਨਿਕਲ ਗਈਆਂ ਬਚਾ ਕੇ ਰੱਖੋ ਟੈਨਸ਼ਨ ਨਾ ਲਓ ਵਿਆਹ ਤੋਂ ਬਾਅਦ ਆਪੇ ਨਿਕਲਦੀਆਂ ਚੀਕਾਂ ਆ ਜੋ ਛੱਲਾ ਗਾਉਂਦੇ ਆ ਸਾਡੀਆਂ ਮਾਵਾਂ ਬੈਠੀਆਂ ਭੈਣਾਂ ਬੈਠੀਆਂ ਹੈ ਐਸਾ ਕੋਈ ਗੀਤ ਨਹੀਂ ਗਾਉਣਾ ਬਜ਼ੁਰਗ ਬੈਠੇ ਆ ਸਾਡੇ ਬਜ਼ੁਰਗੋ ਸਮਝ ਆਉਂਦੀ ਹੈ ਸਾਰੀ ਗੱਲ ਬਿੱਟੂ ਖੰਨੇ ਦੇ ਨਾਂ ਦੀ ਜ਼ੋਰਦਾਰ ਤਾੜੀ ਮਾਰੋ ਇਹੀ ਹੈ ਜਿਹੜਾ ਤੁਹਾਨੂੰ ਸਮਝਾਉਂਦਾ ਇੱਕ ਇੱਕ ਗੱਲ ਕਰਾਉਂਦਾ ਤੁਹਾਡੇ ਨਾਲ ਜਾਉਂਦਾ ਰਿਹਾ ਬਾਬਾ ਜਵਾਨੀਆਂ ਵਾਲ ਆਓ ਛੱਲਾ ਗਾਉਂਦੇ ਆ ਪਹਿਲੋਂ ਆਪਣੇ ਹੀ ਘਰੇ ਹੈ ਨੀ ਉਹ ਪੁੱਛ ਜਦੋਂ ਬਾਪ ਦੀ ਉਹ ਜਦੋਂ ਬਾਹਰਲਾ ਕੋਈ ਬੋਲੇ ਉਦੋਂ ਕਿਉਂ ਬੇਇੱਜ਼ਤੀ ਜੀ ਜਾਪਦੀ ਜੇ ਗੱਲ ਚੰਗੀ ਲੱਗੀ ਹੋਵੇ ਤਾਂ ਥੋੜੀ ਜਿਹੀ ਤਾੜੀ ਆਪੇ ਵਜਾ ਦਿਆ ਕਰੋ ਕਹਿਣ ਦੀ ਲੋੜ ਨਾ ਪਵੇ ਭਾਈ ਕਿਉਂਕਿ ਇਹ ਸੱਚ ਹੈ ਸੱਚ ਬੋਲਦੇ ਆ ਤਾਂ ਭਾਂਬੜ ਮੱਚਦੇ ਆ ਕਿਉਂਕਿ ਘਰੇ ਬਹੁਤ ਬਾਪ ਨੂੰ ਇੱਜ਼ਤ ਦਿੰਦੇ ਆ ਰਿਸਪੈਕਟ ਦਿੰਦੇ ਆ ਬਾਹਰੋਂ ਕੋਈ ਕੌੜਾ ਥੋੜਾ ਜਿਹਾ ਬੋਲਦਾ ਤਾਂ ਉਦੋਂ ਹੀ ਸੂਲ ਚੁੱਭ ਜਾਂਦੀ ਹੈ ਉਹੀ ਗੱਲ ਸ਼ਾਇਰ ਨੇ ਲਿਖਤੀ ਕੀ ਕਹਿੰਦਾ ਪਹਿਲੋਂ ਆਪਣੇ ਹੀ ਘਰੇ ਹੈ ਨੀ ਉਹ ਪੁੱਛ ਜਦੋਂ ਬਾਪ ਦੀ ਉਹ ਜਦੋਂ ਬਾਹਰਲਾ ਕੋਈ ਬੋਲੇ ਉਦੋਂ ਕਿਉਂ ਬੇਇੱਜ਼ਤੀ ਜੀ ਜਾਪਦੀ ਬਾਣਾ ਨਾਲੇ ਤਾਣਾ ਦੋਵੇਂ ਤਾਣਾ ਨਾਲੇ ਤਾਣਾ ਦੋਵੇਂ ਗੁਰੂ ਨਾਲ ਨਹੀਂ ਮਿਲਦੇ ਕੁੜੱਤਣਾ ਦੇ ਬਾਗੀ ਕਾਕਾ ਦੇ ਗੁਲਾਬ ਨਹੀਂ ਉਹ ਖਿਲਦੇ ਇਹ ਬੰਦਗੀ ਵੀ ਧੰਦਾ ਹੋਈ ਉਹ ਬੰਦਿਆਂ ਚੋਂ ਬੰਦਾ ਕੋਈ ਬੰਦਿਆਂ ਚੋਂ ਬੰਦਾ ਕੋਈ ਦੁਰਲੱਭ ਦਿਸਦਾ ਭਾਈ ਕਿੱਥੇ ਨੇ ਉਹ ਬੰਦੇ ਜਿਨ੍ਹਾਂ ਨੂੰ ਭਾਈ ਬੰਦਿਆਂ ਚੋਂ ਰੱਬ ਦਿਸਦਾ ਕਿੱਥੇ ਨੇ ਉਹ ਬੰਦੇ ਜਿਨ੍ਹਾਂ ਨੂੰ ਆ ਭਾਈ ਬੰਦਿਆਂ ਚੋਂ ਰੱਬ ਦਿਸਦਾ ਕੋਈ ਵੇਖਣ ਵਾਲਾ ਹੋਵੇ ਕੋਈ ਵੇਖਣ ਵਾਲਾ ਹੋਵੇ ਇੱਥੇ ਸਭ ਦਿਸਦਾ ਕਿੱਥੇ ਨੇ ਉਹ ਬੰਦੇ ਜਿਨ੍ਹਾਂ ਨੂੰ ਭਾਈ ਬੰਦਿਆਂ ਚੋਂ ਰੱਬ ਦਿਸਦਾ ਇੱਥੇ ਕੀ ਦੀਦਾ ਗੁੱਸਾ ਨਾ ਕਰਿਓ ਭਾਈ ਗੱਲ ਹੀ ਐਸੀ ਹੈ ਜਿਹੜੀ ਮੂਰਖ ਬੰਦੇ ਦੀ ਅੱਖ ਉਹ ਪਤਾ ਕੀ ਦੇਖਦੀ ਹੈ ਆਹ ਜੱਟ ਹੈ ਆਹ ਮਜ਼ਬੀ ਹੈ ਆਹ ਰਾਏ ਸਿੱਖ ਹੈ ਆਹ ਕੋਈ ਮੇਰਾ ਵੀਰ ਜਲਾਹ ਹੈ ਔਰ ਜਿਹੜੇ ਜਗੇ ਹੋਏ ਆ ਜਿਹੜੇ ਗੁਰੂ ਵਾਲੇ ਹੈ ਉਹ ਇੱਕੋ ਹੀ ਵੇਖਦੇ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਬ ਉਪਜਾ ਕੌਣ ਕਲੇ ਕੌਣ ਭਲੇ ਕੋ ਮੰਦੇ ਕੌਣ ਭਲੇ ਕੋ ਮੰਦੇ ਭਾਈ ਗੁਰਦੁਆਰੇ ਚਾਰ ਚਾਰ ਬਣਾਈ ਬੈਠੇ ਹੈ ਚਾਰਾਂ 'ਚ ਗੱਲ ਇੱਕੋ ਹੀ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਉਹ ਡਰਾਮਾ ਪਤਾ ਨਹੀਂ ਕੀ ਹੈ ਆਓ ਛੱਲਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਤੋਂ ਪਹਿਲਾਂ ਦੋ ਫਿਕਰੇ ਉਸ ਗੀਤ ਦੇ ਤੁਸੀਂ ਸਾਰਿਆਂ ਨੇ ਸੁਣਿਆ ਕਿ ਕੋਸ਼ਿਸ਼ ਤਾਂ ਕੀਤੀ ਹੈ ਲੱਭਣ ਲਈ ਲੱਖਾਂ ਨੇ ਜਿਨ੍ਹਾਂ ਨੂੰ ਤੂੰ ਦੱਸਦਾ ਉਹ ਕੋਈ ਹੋਰ ਹੀ ਅੱਖਾਂ ਨੇ
जोरदार ताड़ी लाओ भाई साइया के रोंद जाओ जी जड़े अखियां वाले ने के सानू दुनियादारा नू अंदा साड़ी मैं मार लिया कुछ तुर के पार समुंदर ओए ओ जिन्ना गुरु नू नार लिया इस डुबदी बेड़ी नू आ जड़ी घूमण घेरिए मैं तेरी रहमत किंज मंगा मैं कीती मेरी मेरी ए जड़ी साड़ी मैं साड़ी ईगो धार्मिक स्थान च जाईदा है तां पक्खे लगे होंदे है पक्खियां ते की लिखिया होंदा है स्वर्गवासी फलाना वल्यो फलाना ओ वाह सदके जिन्ना चिर पक्खा नहीं चलूगा टब्बर दा नां नहीं बोलूगा अजकल तां नवां जिहा रवाज चल पिया पेट्रोल पंपां दे बाहर 100 लीटर वाला वाटर कूलर जिहा लवा दिंदे आ उत्ते अद्धे टब्बर दा नां लिखा दिंदे आ अद्धे टब्बर दा नां लिखाउंदे आ कि पता लग जे ये फलाने घर ने दित्ता भाई इहनू सजना दान नहीं बोलदे ये तो डाउंडी पिटदा फिरदा सजना कि मैं उत्थे आ दित्ता मैं उत्थे आ कीता ये सच है बापू जी सच है सच तो कौड़ा ही लगता हुंदा हमेशा आओ फिर छले दे दो बोल पढ़ते हैं मट्टी मट्टी ताड़ी रखनी है आ जाओ फिर आ जा दिखा गिल्ला मट्टी मट्टी ताड़ी ना लाओ भाई छते नल छतियां ने कम्मा दा टैम हो गया कम्मा दा टैम हो गया बीबियां करानू चलिया ने बीबियां करानू चलिया ने चार चुफेरे भाई बस ना तेरे ना मेरे छलिया कर लै नफेरे पैदा साइया दे तेरे हे, 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 हे,
ਬੁੱਲੇ ਸ਼ਾਹ ਜੀ ਦਾ ਵੀਡੀਓ ਦੇਖੀ ਜਾਂਦਾ ਸੀ ਉਹਦੇ 'ਚ ਬੀਬੀਆਂ ਥੋੜੀਆਂ ਸੁਸਤ ਬੈਠੀਆਂ ਹੈ ਬਾਬਾ ਜੀ ਨੇ ਆਸਾ ਪਾਸਾ ਨਹੀਂ ਦੇਖਿਆ ਬੀਬੀਆਂ ਨੂੰ ਗੱਲ ਕਹਿਤੀ ਗੱਲ ਕਹਿਣ ਲੱਗਿਆ ਭੈਣੋ ਗੁੱਸਾ ਨਾ ਕਰਿਓ ਮੇਰੇ ਵੀਰ ਬੈਠੇ ਆ ਕਈ ਭਾਈ ਗੁੱਸਾ ਨਾ ਕਰਿਓ ਕੀ ਕਹਿੰਦਾ ਇਹ ਭੈਣਾਂ ਤਾਂ ਹੀ ਤਾੜੀ ਮਾਰਦੀਆਂ ਉਹ ਗੱਲ ਕਹਿਣ ਤੋਂ ਬਾਅਦ ਹੀ ਕੀ ਕਹਿੰਦਾ ਜਿਹੜੀ ਗਿੰਦਾਨ ਪਾਹੁ ਰਨ ਬਾਬੇ ਦੀ ਜਿਹੜੀ ਗਿੰਦਾਨ ਪਾਹੁ ਰਨ ਬਾਬੇ ਬੋਲੀਆ ਹੁਣ ਆਓ ਭੈਣੋ ਤਾੜੀ ਨਾਲ ਤਾਰ ਤੁੰਬੇ ਵਾਲੀ ਹਾਂ ਤਾਰ ਤੁੰਬੇ ਵਾਲੀ ਹਾਂ ਤਾਰ ਤੁੰਬੇ ਵਾਲੀ ਬਾਬਾ ਜਦੋਂ ਛੇੜੇ ਉਹ ਤਾਂ ਲੱਗੀਆਂ ਦੇ ਕਰਦੈ ਨਵੇੜੇ ਨਿਕਦਾ ਤੇਰੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਨਿਕਦਾ ਤੇਰੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਨਿਕਦਾ ਤੇਰੇ ਇਸ਼ਕੇ ਦਾ ਸਾਈਆਂ ਦੇ ਅੱਗੇ ਕੀ ਝੋਲੀ ਅੱਡ ਕੇ ਫਰਿਆਦ ਕਰਦੀਆਂ ਹੈ ਕੀ ਕਹਿੰਦੀਆਂ ਸਾਈਆਂ ਨੂੰ ਸੁਣ ਕੇ ਇੱਕ ਵੀਰ ਦੇਈ ਬਿਰਪਾ ਇੱਕ ਵੀਰ ਦੇਈ ਬਿਰਪਾ ਸੌ ਖਾਣ ਨੂੰ ਬੜਾ ਇੱਜ਼ਤ ਕਰਦਾ ਇੱਕ ਵੀਰ ਦੇਈ ਬਿਰਪਾ ਸੌ ਖਾਣ ਨੂੰ ਬੜਾ ਇੱਜ਼ਤ ਕਰਦਾ ਪੁੱਤ ਭਰੀ ਜਵਾਨੀ 'ਚ ਨਸ਼ਿਆਂ 'ਤੇ ਲੰਘ ਜਾਂਦੇ ਹੈ ਆਪਣੀਆਂ ਮਾਵਾਂ ਤੋਂ ਵਿਛੋੜਾ ਪਾ ਲੈਂਦੇ ਹੈ ਉਹ ਮਾਵਾਂ ਅੰਤ ਦੇ ਵਿੱਚ ਕੀ ਰੋਣ ਰੋਂਦੀਆਂ ਹੈ ਸੁਣੀ ਫਿਰ ਊਹੇ ਭੇੜ ਕੇ ਊਹੇ ਭੇੜ ਕੇ ਰੋਣ ਗਈਆਂ ਮਾਵਾਂ ਜਿੰਨਾ ਦੇ ਪੁੱਤ ਤੁਰ ਕੇ ਦੁਨੀਆਂ ਤੋਂ ਊਹੇ ਭੇੜ ਕੇ ਰੋਣ ਗਈਆਂ ਮਾਵਾਂ ਜਿੰਨਾ ਦੇ ਪੁੱਤ ਤੁਰ ਗਏ ਦੁਨੀਆਂ ਤੋਂ ਕੀਨੂੰ ਦਿਲਦਾ ਮੈਂ ਆ ਕੀਨੂੰ ਦਿਲਦਾ ਮੈਂ ਹਾਲ ਸੁਣਾਵਾ ਜਿੰਨਾ ਦੇ ਪੁੱਤ ਤੁਰ ਗਏ ਦੁਨੀਆਂ ਤੋਂ ਊਹੇ ਭੇੜ ਕੇ ਰੋਣ ਗਈਆਂ ਮਾਵਾਂ ਜਿੰਨਾ ਦੇ ਪੁੱਤ ਤੁਰ ਗਏ ਦੁਨੀਆਂ ਤੋਂ ਊਹੇ ਭੇੜ ਕੇ ਡੋਲੀ ਵਿੱਚੋਂ ਹੀ ਡੋਲੀ ਵਿੱਚੋਂ ਹੀਰ ਵਾਜਾ ਮਾਰਦੀ ਏ ਰਾਂਝੇ ਨੂੰ ਕਹਿੰਦੀ ਲੈ ਚੱਲੇ ਲੈ ਚੱਲੇ ਲੈ ਚੱਲੇ ਵੇ ਰਾਂਝਿਆ ਮੈਨੂੰ ਲੈ ਚੱਲੇ ਵੇ ਮੈਨੂੰ ਲੈ ਚੱਲੇ ਵੇ ਮੈਨੂੰ ਲੈ ਚੱਲੇ ਵੇ ਮੈਨੂੰ ਲੈ ਚੱਲੇ ਵੇ ਸਾਈਆਂ ਦੇ ਨਾਂ ਦੀ ਜ਼ੋਰਦਾਰ ਤਾੜੀ ਮਾਰ ਦਿਓ ਜ਼ੋਰਦਾਰ ਪੰਜਾਬ ਪੁਲਿਸ ਦੇ ਬਟੇ ਵਾਲੀ ਕਿ ਬੀ ਐਸ ਐਫ ਵਾਲੀ ਇਹ ਤੁਹਾਨੂੰ ਪਤਾ ਹੈ ਜਾਉਂਦੇ ਰਹੋ ਜਵਾਨੀ ਮਾਣੋ
ਜਾਉਂਦੇ ਰਹਿਦਾ ਮਿਲਾਂਗੇ ਲੱਖ ਵਾਰੀ। ਇਹ ਮਾੜੇ ਮੋਟੇ ਇੱਧਰ ਮੇਲੇ ਮੂਲੇ ਕਰਾਈ ਰੱਖਿਆ ਕਰੋ, ਸਾਡਾ ਤੋਰੀ ਫੁਲਕਾ ਚੱਲਿਆ ਰਹਿੰਦਾ ਭਾਈ, ਜਾਉਂਦੇ ਰਹੋ ਜਵਾਨੀਆਂ ਮਾਣੋ। ਬਾਬਿਓ ਮੇਲੇ ਹੁੰਦੇ ਰਹਿੰਦੇ, ਤੁਹਾਡੇ ਨਾਲ ਮੇਲੇ ਪਹਿਲੀ ਵਾਰੀ ਹੋਏ, ਇੱਕ ਵਾਰ ਦੱਬ ਕੇ ਲਾਓ ਤਾੜੀਆਂ ਬਾਈ ਨੇ। ਆਉਣ ਵਾਲੇ ਸਮੇਂ ਵਿੱਚ ਬਾਬਿਓ ਇੱਧਰ ਹੀ ਰਹੋਗੇ ਹਰ ਦਾ ਮਹੀਨਾ, ਟੈਨਸ਼ਨ ਨਾ ਲਓ, ਬਹੁਤ ਅੱਛਾ ਵੱਡੀ ਗੱਲ ਹੈ ਭਾ, ਕਿਉਂਕਿ ਬਹੁਤ ਅੱਛੇ ਅਲਫਾਜ਼ ਆ ਤੇਰੇ, ਬਹੁਤ ਅੱਛੀ ਸ਼ਬਦਾਵਲੀ ਆ ਜੋ ਕਨਵਰ ਵੀਰਾ, ਕਿਉਂਕਿ ਮੇਰਾ ਬੜਾ ਖਾਸ ਹੈ, ਬੜਾ ਅਜ਼ੀਜ਼ ਆ, ਬੜੀ ਮੁਹੱਬਤ ਆ, ਅਤੇ ਸਾਈਂ ਹਜ਼ੂਰੀ ਸ਼ਾਹ ਨਾਲ ਤਾਂ ਜ਼ਿਆਦਾ ਪਿਆਰ ਹੈ ਜੀ, ਜਿੱਥੋਂ ਰਹਿਮਤਾਂ ਦੀ ਬਰਸਾਤ ਹੋਈ। ਵਿੱਕੀ ਬਾਈ ਜੀ, ਜਦੋਂ ਬਾਈ ਕਨਵਰ ਮੇਰਾ ਵੀਰ ਆ ਵੱਡਾ, ਜਦੋਂ ਪਹਿਲੀ ਵਾਰੀ ਗਾਉਣ ਆਇਆ ਸਰਕਾਰਾਂ ਦੇ ਦਰਬਾਰ ਦੇ ਵਿੱਚ, ਅਤੇ ਸਰਕਾਰ ਮੈਨੂੰ ਕਹਿੰਦੇ ਵੀ ਕਨਵਰ ਆ ਕੋਈ ਆਇਆ।